ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਲਈ ਰੈਡੀ ਸੂਟਸ ਲੈ ਕੇ ਆਏ ਹਾਂ। ਸੋ ਜਿਵੇਂ ਕਿ ਰੱਖੜੀ ਆ ਰਹੀ ਆ, ਅਤੇ ਉਹਦੇ ਲਈ ਆਪਾਂ ਤੁਹਾਡੇ ਨਾਲ ਕਾਫੀ ਰਿਕੁਐਸਟ ਆਈ ਸੀ ਆਪਾਂ ਨੂੰ ਕੋਈ ਰੈਡੀ ਸੂਟਸ ਹੈਗੇ ਆ। ਸੋ ਉਹਦੇ ਅਕੋਰਡਿੰਗ ਆਪਾਂ ਤੁਹਾਨੂੰ ਰੈਡੀ ਸੂਟਸ ਦਿਖਾਉਣ ਲੱਗੇ ਹਾਂ ਜੀ। ਤੁਸੀਂ ਜਿਵੇਂ ਵੀ ਲੈਣੇ ਹੈਗੇ ਆ, ਵਿਦ ਦੁਪੱਟਾ ਵਿਦਆਊਟ ਦੁਪੱਟਾ, ਸੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਪ੍ਰਾਈਸ ਜਾਣ ਸਕਦੇ ਹੋ। ਦੈਨ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ, ਵਿਦ ਸਟਿਚਿੰਗ ਵੀ ਲੈ ਸਕਦੇ ਹੋ, ਵਿਦ ਦੁਪੱਟਾ ਕੰਪਲੀਟ ਸੂਟ ਵੀ ਤੁਸੀਂ ਬਾਏ ਕਰ ਸਕਦੇ ਹੋ। ਸੋ ਇੱਕ ਆਪਾਂ ਇਹ ਬਲੋਕ ਦੇ ਰੈਡੀ ਕੀਤੇ ਸੀ ਸੂਟਸ, ਇਹ ਕੋਟਨ ਦੇ ਉੱਪਰ ਹੈ, ਵਿਦਆਊਟ ਲਾਈਨਿੰਗ ਬਣਨਗੇ ਇਹ ਸੂਟ। ਸੋ ਇਹ ਵੀ ਆਪਣੇ ਕੋਲ ਇੱਕ ਨਵਾਂ ਆਪਸ਼ਨ ਹੈਗਾ, ਤੁਸੀਂ ਇਹ ਸੂਟ ਵੀ ਲੈ ਸਕਦੇ ਹੋ। ਸੋ ਇਹਨਾਂ ਦੇ ਜਿਹੜਾ ਫਰੰਟ ਹੈਗਾ ਜੀ, ਫਰੰਟ ਇਸ ਤਰ੍ਹਾਂ ਹੈਗਾ, ਇਸ ਤਰ੍ਹਾਂ ਇਹ ਬਹੁਤ ਹੀ ਸੌਫਟ ਕੋਟਨ 'ਤੇ ਬਣਿਆ ਹੋਇਆ ਇਸ ਤਰ੍ਹਾਂ, ਔਰ ਇਹ ਸਾਰਾ ਫਰੰਟ ਦਾ ਵਰਕ ਹੈਗਾ, ਔਰ ਇਹਦੇ ਬੈਕ 'ਤੇ ਵੀ ਵਰਕ ਹੋਊਗਾ। ਜਿਵੇਂ ਇਹ ਬੂਟੀ ਔਰ ਜਿਹੜਾ ਘੇਰਾ ਹੈਗਾ, ਇਹ ਬੈਕ ਦਾ ਹੈਗਾ, ਇਹ ਸਲਵਾਰ ਦਾ ਹੋਊਗਾ ਜੀ, ਔਰ ਬਾਜੂ 'ਤੇ ਵੀ ਬਲੋਕ ਹੈ। ਔਰ ਇਹਦੇ ਜਿਹੜਾ ਦੁਪੱਟੇ ਦਾ ਬਲੋਕ ਹੈਗਾ, ਉਹ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਖੁੱਲ੍ਹਾ ਡੁੱਲਾ ਆਪਾਂ ਦੁਪੱਟਾ ਜਿਵੇਂ ਰੈਡੀ ਕਰਦੇ ਹਾਂ। ਸੋ ਇਹ ਲਾਈਟ ਜਿਹਾ ਗ੍ਰੇ ਸ਼ੇਡ ਹੈ ਜੀ, ਇਹ ਦੇਖੋ ਤੁਸੀਂ ਇਹਦਾ ਬਲੋਕ ਦੇਖ ਸਕਦੇ ਹੋ, ਕਿਉਂਕਿ ਆਪਾਂ ਬਿਲਕੁਲ ਵੀ ਉਹ ਬਲੋਕ ਨਹੀਂ ਕਰਦੇ, ਮੋਟਾ ਬਲੋਕ ਹੁੰਦਾ ਜਿਵੇਂ, ਬਹੁਤ ਹੀ ਸਫਾਈ ਨਾਲ ਅਤੇ ਬਰੀਕ ਬਲੋਕ ਹੁੰਦਾ ਜੀ। ਸੋ ਇਹ ਬਲੋਕ ਦੇ ਸੂਟ ਹੈ ਜੀ, ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਬਲੋਕ ਦੇ ਵਿੱਚ, ਅਤੇ ਕੋਈ ਵੀ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਜਿਵੇਂ ਉੱਪਰ ਉੱਪਰ ਬਲੋਕ ਹੋਇਆ ਹੁੰਦਾ। ਸੋ ਇਹ ਬਹੁਤ ਹੀ ਜਿਵੇਂ ਪ੍ਰਿੰਟਿੰਗ ਤਰ੍ਹਾਂ ਬਲੋਕ ਹੈਗਾ। ਇਹ ਹੈਗਾ ਜੀ ਗ੍ਰੇ ਕਲਰ, ਬਹੁਤ ਹੀ ਸੌਫਟ ਕੋਟਨ ਹੈਗੀ ਹੈ, ਇਹਨੂੰ ਤੁਸੀਂ ਵਿਦਆਊਟ ਲਾਈਨਿੰਗ ਬਣਾ ਸਕਦੇ ਹੋ। ਸੋ ਇਹ ਬਹੁਤ ਹੀ ਪਿਆਰਾ ਸੂਟ ਹੈ। ਨੈਕਸਟ ਹੈਗਾ ਜੀ ਬਲੋਕ ਪੇਂਟਿੰਗ ਦੇ ਵਿੱਚ, ਥੋੜ੍ਹਾ ਜਿਹਾ ਸੀ ਗ੍ਰੀਨ ਫਰੋਜ਼ੀ ਜਿਹਾ ਸ਼ੇਡ ਹੈ, ਇਸ ਤਰ੍ਹਾਂ ਇਹਦੇ ਘੇਰੇ ਦਾ ਬਲੋਕ ਹੈਗਾ ਜੀ, ਉੱਪਰ ਤੱਕ ਗਲਾ ਬਣਿਆ ਹੋਇਆ, ਔਰ ਇਹ ਉਹਦੀ ਬੈਕ ਹੈਗੀ ਹੈ, ਔਰ ਇਹਦਾ ਵੀ ਬਾਰਡਰ ਹੈਗਾ ਨੀਚੇ ਤੁਸੀਂ ਦੇਖ ਸਕਦੇ ਹੋ। ਸਾਈਡਸ 'ਤੇ ਇਹਦੇ ਇਸੇ ਤਰ੍ਹਾਂ ਹੀ ਸਲਵਾਰ ਦਾ ਡਿਜ਼ਾਇਨਿੰਗ ਹੈ, ਸੋ ਇਹ ਸਲਵਾਰ ਦੀ ਡਿਜ਼ਾਇਨਿੰਗ ਹੈ। ਇਹਦਾ ਵੀ ਦੁਪੱਟਾ, ਇਹ ਵੀ ਵਿਦਆਊਟ ਲਾਈਨਿੰਗ ਹੀ ਬਣੇਗਾ, ਔਰ ਇਹਦਾ ਦੁਪੱਟਾ ਵੀ ਟੂ ਟੋਨ ਦੁਪੱਟਾ ਕੀਤਾ ਹੋਇਆ, ਇਹਦੇ ਨਾਲ ਬਹੁਤ ਹੀ ਸੋਹਣਾ ਸੀ ਗ੍ਰੀਨ ਜਿਹਾ ਸ਼ੇਡ ਹੈ ਜਿਵੇਂ ਇਸ ਤਰ੍ਹਾਂ ਜੀ, ਇਹਦਾ ਦੁਪੱਟਾ ਹੈਗਾ, ਤੁਸੀਂ ਦੇਖ ਸਕਦੇ ਹੋ ਕਿੰਨਾ ਬਰੀਕ ਬਲੋਕ ਹੈ ਜੀ ਇਹ ਜੀ। ਸੋ ਇਹ ਕਲਰਫੁੱਲ ਨਾਲ ਇਹਦੇ ਕਲਰ ਐਡ ਕੀਤਾ ਹੋਇਆ ਇਹ ਬਲੋਕ। ਨੈਕਸਟ ਹੈਗਾ ਜੀ ਗ੍ਰੀਨ ਸੂਟ, ਸੋ ਇਹ ਵੀ ਜੋਰਜਟ 'ਤੇ ਬਣਿਆ ਹੋਇਆ ਇਸ ਤਰ੍ਹਾਂ, ਇਹਦੇ ਨੀਚੇ ਆ ਜਿਹੜਾ ਜੋਰਜਟ 'ਤੇ ਇਸ ਤਰ੍ਹਾਂ ਵਰਕ ਕੀਤਾ ਹੋਇਆ, ਉੱਪਰ ਤੱਕ ਲਾਈਨਸ ਜਾਂਦੀਆਂ, ਤੁਸੀਂ ਆਪਣੇ ਘੇਰੇ ਲੈਂਥ ਦੇ ਅਕੋਰਡਿੰਗ ਇਹਨੂੰ ਕਰ ਸਕਦੇ ਹੋ, ਔਰ ਬਾਜੂ 'ਤੇ ਵੀ ਇਸ ਤਰ੍ਹਾਂ ਦੀ ਡਿਜ਼ਾਇਨਿੰਗ ਹੈ ਜੀ।
ਸੋ ਇਹ ਵੀ ਆਪਣੇ ਕੋਲ ਸੂਟ ਹੈਗਾ, ਜਿਵੇਂ ਸੇਮ ਐਗਜੈਕਟ ਸ਼ੇਡ ਆ ਰਿਹਾ ਹੈਗਾ ਜੀ ਵੀਡੀਓ ਦੇ ਵਿੱਚ, ਸੇਮ ਹੀ ਇਹਦਾ ਸ਼ੇਡ ਹੋਊਗਾ। ਸੋ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਵਿੱਚ। ਸੋ ਇਹ ਗਲੇ ਦੀ ਡਿਜ਼ਾਇਨਿੰਗ ਹੈ ਜੀ, ਇਸ ਤਰ੍ਹਾਂ ਗਲੇ ਤੋਂ ਜਿਹੜਾ ਨੀਚੇ ਡਿਜ਼ਾਈਨ ਜਾਂਦਾ ਹੈਗਾ ਤੁਹਾਨੂੰ ਦਿਖਾਉਣੇ ਆ। ਬਲੈਕ ਕਲਰ ਜਾਰਜਟ ਦਾ ਸਟੱਫ ਹੈ ਜੀ, ਇਸ ਤਰ੍ਹਾਂ ਇਹਦਾ ਗਲਾ ਹੈਗਾ ਔਰ ਇਸ ਤਰ੍ਹਾਂ ਇਹ ਨੀਚੇ ਹੈ ਜਿਹੜਾ ਨੀਚੇ ਤੱਕ ਫਲਾਰ ਜਾਂਦਾ, ਇਹ ਕਾਫ਼ੀ ਨੀਚੇ ਤੱਕ ਹੋ ਜਾਂਦਾ ਜੀ ਜੋ ਤੁਸੀਂ ਇੱਥੇ ਗਲਾ ਬਣਾਓਗੇ ਅਤੇ ਇਹਦੀ ਕਾਫ਼ੀ ਨੀਚੇ ਤੱਕ ਔਰ ਬਾਜੂ ਦਾ ਵਰਕ। ਸੋ ਇਹ ਵੀ ਤੁਸੀਂ ਬਾਜੂ 'ਤੇ ਵੀ ਇਸ ਤਰ੍ਹਾਂ ਦਾ ਪੂਰਾ ਬਿੱਗ ਫਲਾਰ ਬਣਿਆ ਹੋਇਆ। ਸੋ ਇਹ ਸਿੰਗਲ ਟਾਂਕੇ ਦਾ ਕੰਮ ਹੈ ਜੀ, ਤੁਸੀਂ ਦੇਖ ਸਕਦੇ ਹੋ। ਔਰ ਸਾਰਾ ਜਿਹੜਾ ਇਹ ਕੰਮ ਵੀ ਹੈਗਾ ਕਿਉਂਕਿ ਟ੍ਰਾਂਸਪੇਰੈਂਟ ਆ ਥੋੜ੍ਹਾ ਦਿਖ ਨਹੀਂ ਰਿਹਾ, ਇਸ ਤਰ੍ਹਾਂ ਗਲੇ ਦਾ ਉੱਪਰ ਵਰਕ ਹੈਗਾ ਔਰ ਨੀਚੇ ਤੱਕ ਇਸ ਤਰ੍ਹਾਂ ਇਹਦਾ ਕਾਫੀ ਵਰਕ ਹੈ ਜਿਹੜਾ ਆ ਰਿਹਾ ਹੈਗਾ। ਸੋ ਇਹ ਹੈਗਾ ਜੀ ਪਿੰਕ ਕਲਰ ਦੇ ਵਿੱਚ ਆਰੀ ਵਰਕ ਦਾ ਕੰਮ ਹੈਗਾ, ਲਾਈਟ ਪਿੰਕ ਸ਼ੇਡ ਹੈਗਾ। ਸੋ ਜਾਰਜਟ ਨੂੰ ਜਦੋਂ ਆਪਾਂ ਇਕਾਇਰਾ ਕਰ ਲੈਂਦੇ ਹਾਂ ਤਾਂ ਉਹਦੀ ਉਵੇਂ ਲੁੱਕ ਨਹੀਂ ਆਉਂਦੀ। ਇਸ ਤਰ੍ਹਾਂ ਗੋਲਡਨ ਨੀਚੇ ਵਰਕ ਹੈਗਾ ਸਾਰੇ ਦੇ ਵਿੱਚ, ਬੂਟੀ ਹੈ ਔਰ ਇਸ ਤਰ੍ਹਾਂ ਗਲੇ 'ਤੇ ਹੈਵੀ ਵਰਕ। ਸੋ ਤੁਸੀਂ ਇਹ ਵੀ ਐਜ਼ ਇਟ ਇਜ਼ ਬਾਏ ਕਰ ਸਕਦੇ ਹੋ। ਨੈਕਸਟ ਹੈਗਾ ਜੀ ਬਹੁਤ ਹੀ ਪਿਆਰਾ ਬੀਜ ਜਿਹਾ ਸ਼ੇਡ ਹੈਗਾ, ਇਹ ਜਿਵੇਂ ਆਪਾਂ ਦੁਪੱਟਾ ਸੂਟ ਵੀ ਬਣਾਇਆ ਸੀ ਇਹ ਓਨਲੀ ਸੂਟ ਹੈਗਾ। ਇਸ ਤਰ੍ਹਾਂ ਇਹਦੇ ਵਿੱਚ ਪੀਟਾ ਵਰਕ ਦਾ ਕੰਮ ਹੈ ਜੀ, ਨੈੱਟ ਲਗਾਇਆ ਹੋਇਆ। ਸੋ ਇਹ ਬਹੁਤ ਹੀ ਪਿਆਰਾ ਡਿਜ਼ਾਇਨ ਹੈ। ਸੋ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਬਰੀਕ ਵਰਕ ਕੀਤਾ ਹੋਇਆ ਜੋ ਕੈਮਰੇ ਦੇ ਅੱਗੇ ਵੀ ਨਹੀਂ ਦਿਖ ਰਿਹਾ। ਸੋ ਇਹਦੀ ਜਿਹੜੀਆਂ ਬਾਜੂ ਹੈਗੀਆਂ ਕਾਫ਼ੀ ਹੈਵੀ ਹੈ ਜੀ, ਇਹਨੂੰ ਤੁਸੀਂ ਇਸ ਤਰ੍ਹਾਂ ਬਾਜੂ ਦੀ ਲੁੱਕ ਕਾਫ਼ੀ ਹੈਵੀ ਹੈ। ਸੋ ਗਲੇ 'ਤੇ ਹੋ ਗਿਆ ਜੀ, ਬਾਜੂ 'ਤੇ ਹੋ ਗਿਆ। ਨੈਕਸਟ ਹੈਗਾ ਜੀ ਬਰਾਊਨ ਸ਼ੇਡ 'ਤੇ, ਇਹ ਹੈਗਾ ਜੀ ਇਸ ਤਰ੍ਹਾਂ ਉੱਪਰ ਬੂਟੀ ਹੈ ਸਾਰੇ ਦੇ ਵਿੱਚ। ਸਾਈਡਸ 'ਤੇ ਆਪਣੀਆਂ ਵੇਲਸ ਦਿੱਤੀਆਂ ਹੋਈਆਂ ਜੋ ਵਾਈਟ ਆਪਾਂ ਵੇਲਸ ਕੀਤੀਆਂ ਹੋਈਆਂ, ਇਸ ਤਰ੍ਹਾਂ ਵਿੱਚ ਹੈ ਜਿਹੜੇ ਫਲਾਰ ਹੈਗੇ। ਸੋ ਇਸ ਤਰ੍ਹਾਂ ਇਹ ਸਾਰੇ ਦਾ ਵਰਕ ਕੀਤਾ ਹੋਇਆ, ਠੀਕ ਹੈ। ਔਰ ਇਹ ਹੈਗਾ ਜੀ ਲੀਲਨ ਦਾ, ਬਹੁਤ ਹੀ ਜਿਹੜਾ ਲਾਈਟ ਜਿਹਾ ਵਰਕ ਹੈਗਾ ਇਹ, ਜਿਵੇਂ ਅੱਗੇ ਜਿਵੇਂ ਵੈਦਰ ਆ ਰਿਹਾ ਜੀ ਉਹਦੇ ਅਕੋਰਡਿੰਗ ਬਿਲਕੁਲ ਸਹੀ ਹੈ ਔਰ ਕਲਰ ਵੀ ਤੁਹਾਨੂੰ ਸਹੀ ਦਿਖ ਰਿਹਾ। ਇਹ ਕਾਫ਼ੀ ਜਿਵੇਂ ਲੇਲਨ ਦਾ ਤੁਸੀਂ ਜਾਣਦੇ ਹੋ ਥੋੜ੍ਹਾ ਥਿਕ ਸਟਫ ਹੋਊਗਾ। ਸੋ ਇਹ ਵੀ ਆਰੀ ਮਸ਼ੀਨ ਐਮਬਰਾਇਡਰੀ ਦੇ ਵਿੱਚ ਬਣਿਆ ਹੋਇਆ, ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਔਰ ਉੱਪਰ ਤੱਕ ਇਹਦੇ ਬੂਟੀ ਹੈ ਔਰ ਘੇਰਾ ਬਣਿਆ ਹੋਇਆ। ਸੋ ਸੈਲਫ ਦੀ ਆਪਾਂ ਬੂਟੀ ਪਾਈ ਹੋਈ ਹੈ, ਸਾਈਜ਼ 'ਤੇ ਘੇਰਾ, ਤੁਸੀਂ ਇਹਦੀ ਘੇਰਾ ਲੈਂਥ ਦੀ ਕਿੰਨੀ ਵੀ ਕਰ ਸਕਦੇ ਹੋ ਲੈਂਥ, ਸੋਰੀ। ਔਰ ਇਹ ਦਾ ਬਾਜੂ ਦਾ ਵਰਕ ਹੈ ਜੀ। ਸੋ ਇਹ ਸੀਗੇ ਜੀ ਕੁਝ ਸੂਟਸ ਜਿਨ੍ਹਾਂ ਨੂੰ ਤੁਸੀਂ ਆਪਾਂ ਇਹ ਸਾਰੇ ਜਿਹੜੇ ਤੁਹਾਨੂੰ ਸੂਟ ਦਿਖਾਇਆ ਇਹ ਰੈਡੀ ਹੈ, ਜਿਵੇਂ ਵੀ ਵੀਡੀਓ ਪੈਂਦੀ ਹੈ ਤੁਸੀਂ ਬੁੱਕ ਕਰ ਸਕਦੇ ਹੋ, ਪ੍ਰਾਈਜ਼ ਜਾਣ ਸਕਦੇ ਹੋ। ਸੋ ਅਲੱਗ ਅਲੱਗ ਪ੍ਰਾਈਜ਼ ਹੈ ਜੀ ਸਭ ਦੀਆਂ। ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਨਵੇਂ
ਸੂਟਸ ਆ ਜਿਹੜੇ ਸ਼ੇਅਰ ਕਰਦੇ ਰਹਾਂਗੇ। ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।